40 ਡਿਗਰੀ ਦੇ ਵਿੱਚ ਬੰਦਾ 2 ਮਿੰਟ ਖੜਦਾ ਹੈ ਤੇ ਪਸੀਨੋ ਪਸੀਨੀ ਹੋ ਜਾਂਦਾ ਹੈਗਾ, ਪਰ ਤੁਸੀਂ ਪਸੀਨਾ ਵੀ ਨਹੀਂ ਹੈ ਚਿਹਰੇ ਤੇ। ਵਹੀ ਤਾਂ ਬਾਤ ਹੈ, ਇਹ ਵੀ ਖੁਦਾ ਦਾ ਰਾਜ ਕੀ ਹੈ, ਖੁਦਾ ਕੀ ਕਿਰਿਆ ਮਸ਼ ਹੈ, ਖੁਦਾ ਦੀ ਕਿਰਿਆ ਹੋ ਜਾਂਦੀ ਹੈ ਨਾ, ਕਿਰਾਮਤ ਰਹਿਮਤ ਰਹਿਮਤ ਹੈ, ਸਭ ਕੁਝ ਹੀ ਹੈ। ਬਿਨਾ 10 ਦਿਨ ਇਸਕੀ ਵੀਡੀਓ ਦੇਖੀ ਮੈਂ ਫੋਰਨੈਂਟਲੀ ਡੇਬਿਊ ਸਟੈਚੂ ਮੁੰਬਈ ਸਟੈਚੂ ਬਹੁਤ ਸਾਰੀ ਵੀਡੀਓ ਦੇਖ ਦੇਖ ਕੇ ਇੰਪ੍ਰੈਸ ਹੋਇਆ, ਮੈਂ ਵੀ ਸੋਚਣ ਲੱਗਿਆ ਯਾਰ ਮੈਂ ਵੀ ਕਭੀ ਸਟੈਚੂ ਬਣੂੰ ਔਰ ਲੋਕੋ ਕੋ ਐਂਟਰਟੇਨ ਕਰੂੰ। ਅੱਛਾ, ਔਰ ਸਾਲ 2020 ਕੇ ਅੰਦਰ ਸਟੈਚੂ ਬਣਨਾ ਸਟਾਰਟ ਕਰ ਦਿੱਤਾ। ਬਠਿੰਡਾ ਦੇ ਵਿੱਚ ਇਸ ਵਕਤ ਤਾਪਮਾਨ 40 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਤੇ ਇਸ ਨੂੰ ਲੈ ਕੇ ਜਨਜੀਵਨ ਜਿੱਥੇ ਪ੍ਰਭਾਵਿਤ ਹੋ ਰਿਹਾ, ਬਹੁਤ ਜ਼ਿਆਦਾ ਮੁਸ਼ਕਲਾਂ ਦਿੱਕਤਾਂ ਲੋਕਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ। ਇਸ ਦੇ ਨਾਲ ਨਾਲ ਜਿੰਨੇ ਬੇਜਵਾਨ ਪੰਛੀ ਨੇ, ਪਸ਼ੂ ਨੇ, ਉਹਨਾਂ ਦੇ ਲਈ ਵੀ ਕਾਫੀ ਜ਼ਿਆਦਾ ਬਹੁਤ ਵੱਡੀ ਆਫਤ ਹੈ। ਪਰ ਇਸ ਵੱਧਦੀ ਹੋਈ ਗਰਮੀ ਦੇ ਵਿੱਚ ਜਿੱਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ, ਪਰ ਇੱਕ ਸ਼ਖਸ ਜੋ ਕਿ ਇਸ ਤਪਦੀ ਹੋਈ ਗਰਮੀ ਦੇ ਵਿੱਚ ਆਪਣੀ ਮਿਹਨਤ ਕਰ ਰਿਹਾ, ਉਹ ਵੱਖਰੇ ਕਿਸਮ ਦੀ ਮਿਹਨਤ ਹੈ। ਇੱਕ ਤਸਵੀਰ ਬਠਿੰਡਾ ਦੇ ITI ਚੌਂਕ ਡੋਲਫਿਨ ਚੌਂਕ ਦੇ ਵਿੱਚ ਅਸੀਂ ਤੁਹਾਨੂੰ ਦਿਖਾਈਏ ਕਿ ਇੱਕ ਨੌਜਵਾਨ ਲੜਕਾ ਜਿਹੜਾ ਕਿ ਇਸ ਕੜਾਕੇ ਦੀ ਧੁੱਪ ਦੇ ਵਿੱਚ ਖੜਾ ਹੋਇਆ, ਸਟੈਚੂ ਬਣ ਕੇ ਖੜਾ ਹੋਇਆ, ਬਟ ਲੇਕਿਨ ਸਟੈਚੂ ਅਲਾਈਵ ਹੈ। ਇਹ ਬਿਲਕੁਲ ਕਈ ਕਈ ਮਿੰਟਾਂ ਤੱਕ ਇਸੇ ਪੋਜੀਸ਼ਨ ਦੇ ਵਿੱਚ ਖੜਾ ਹੈ ਤੇ ਲੋਕਾਂ ਨੂੰ ਅਟਰੈਕਟ ਕਰ ਰਿਹਾ ਹੈ। ਤੇ ਕੜਾਕੇ ਦੀ ਗਰਮੀ ਹੈ ਕਿਉਂਕਿ ਹਰ ਕਿਸੇ ਨੂੰ ਗਰਮੀ ਲੱਗਦੀ ਆ, ਪਰ ਇਸ ਗਰਮੀ ਦੇ ਵਿੱਚ ਇਹ ਕਿਵੇਂ ਖੜ ਰਿਹਾ ਹੈ, ਕੀ ਇਹਦੀ ਆਖਿਰਕਾਰ ਇਸ ਤਰੀਕੇ ਦੇ ਨਾਲ ਕਿਵੇਂ ਕਰ ਪਾ ਰਿਹਾ ਤੇ ਗੱਲਬਾਤ ਇਹਨਾਂ ਦੇ ਨਾਲ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ। ਸਰ ਕੀ ਨਾਂ ਕੀ ਹੈ ਤੁਹਾਡਾ? ਅਰਜੁਨ। ਅਰਜੁਨ ਕਿਹੜੀ ਜਗ੍ਹਾ ਤੋਂ ਆਏ ਹੋ? ਡੱਬਾ ਵਾਲੀ। ਡੱਬਾ ਵਾਲੀ ਮੰਡੀ ਤੋਂ? ਹਾਂਜੀ ਸਰ। ਤੇ ਹਰ ਰੋਜ਼ ਆ ਕੇ ਇਸ ਜਗ੍ਹਾ ਤੇ ਤੇ ਇਸੇ ਤਰੀਕੇ ਨਾਲ ਖੜਦੇ ਹੋ ਤੁਸੀਂ? ਹਾਂ ਸਰ, ਰੋਜ਼ ਆਤਾ ਹੂੰ, ਸ਼ਾਮ ਤੱਕ ਪਰਫਾਰਮ ਕਰਕੇ ਚਲਾ ਜਾਤਾ ਹੂੰ ਵਾਪਸ ਘਰ, ਫਿਰ 5 ਵਜੇ। ਅੱਛਾ। ਅਰਜੁਨ ਗਰਮੀ ਬਹੁਤ ਜ਼ਿਆਦਾ ਹੈ, ਅਸੀਂ ਦੇਖ ਰਹੇ ਸੀ ਕਿ ਤੁਸੀਂ ਕਾਫੀ ਸਮੇਂ ਤੋਂ ਇੱਕੋ ਹੀ ਪੋਜੀਸ਼ਨ 'ਚ ਖੜੇ ਰਹਿੰਦੇ ਹੋ, ਇਹ ਕਿਵੇਂ? ਇਸਕਾ ਇਹ ਬੈਨੀਫਿਟ ਤੋਂ ਕਿਆ, ਧੂਪ ਵੀ ਹੈ ਯਾਰ, ਦੋਨੋਂ ਚੀਜ਼ ਵੀ ਹੈ, ਧੂਪ ਵੀ ਹੈ, ਛਾਂ ਵੀ ਹੈ, ਕਿ ਕਭੀ ਛਾਂ ਅੱਛੀ ਲੱਗਦੀ ਹੈ, ਕਭੀ ਧੂਪ ਅੱਛੀ ਲੱਗਦੀ ਹੈ, ਤਾਂ ਕੋਈ ਬਾਤ ਹੋ ਗਈ ਕਿ ਗਰਮੀ ਕੋ ਗਰਮੀ ਮਾਰਤੀ ਹੈ। ਮੈਂ ਗਰਮੀ ਵੀ ਥੋੜ੍ਹੀ ਸ਼ੇਅਰ ਨਹੀਂ ਹੋ ਜਾਏ, ਪਰ ਗਰਮੀ ਕਿਆ ਚੀਜ਼ ਹੈ, ਸ਼ੇਅਰ ਨਹੀਂ ਹੋਈ, ਕੁਦਰਤ ਦੇ ਦਿਓ। ਅੱਛਾ ਅਰਜੁਨ, ਤਾਪਮਾਨ ਜੋ ਹੈ ਉਹ 46 ਡਿਗਰੀ ਤੱਕ ਪਹੁੰਚ ਚੁੱਕਿਆ ਹੈ, 40 ਡਿਗਰੀ ਦੇ ਵਿੱਚ ਬੰਦਾ 2 ਮਿੰਟ ਖੜਦਾ ਹੈ ਤੇ ਪਸੀਨੋ ਪਸੀਨੀ ਹੋ ਜਾਂਦਾ ਹੈਗਾ, ਪਰ ਤੁਸੀਂ ਪਸੀਨਾ ਵੀ ਨਹੀਂ ਹੈ ਚਿਹਰੇ ਤੇ ਤੁਹਾਡੇ? ਵਹੀ ਤਾਂ ਬਾਤ ਨੇ ਸਰ, ਇਹ ਵੀ ਖੁਦਾ ਦਾ ਰਾਜ ਕੀ ਹੈ, ਖੁਦਾ ਕੀ ਕਿਰਿਆ ਮਸ਼ ਹੈ, ਕਿ ਖੁਦਾ ਦੀ ਕਿਰਿਆ ਹੋ ਜਾਂਦੀ ਹੈ ਨਾ, ਕਿਰਾਮਤ ਰਹਿਮਤ ਰਹਿਮਤ ਹੈ, ਸਭ ਕੁਝ ਹੀ ਹੈ। ਅੱਛਾ, ਖੁਦਾ ਦੀ ਰਹਿਮਤ ਹੈ ਤਾਂ ਤੁਸੀਂ ਧੁੱਪੇ? ਅੱਛਾ, ਇਹ ਪੋਜੀਸ਼ਨ ਜਿਵੇਂ ਤੁਸੀਂ ਇੱਕੋ ਪੋਜੀਸ਼ਨ 'ਚ ਖੜੇ ਰਹਿੰਦੇ ਹੋ ਤੇ ਕਿੰਨੇ ਕੁ ਸਮੇਂ ਤੱਕ ਖੜੇ ਰਹਿੰਦੇ ਹੋ? ਕਮ ਸੇ ਕਮ ਲਗ ਸੇ ਬਸ ਯਾਰ ਆਧਾ ਘੰਟਾ ਪਰਫਾਰਮ ਕਰ ਰਹਾ ਹੂੰ। ਇੱਕੋ ਪੋਜੀਸ਼ਨ 'ਚ? ਹਾਂ ਸਰ, ਇੱਕ ਪੋਜੀਸ਼ਨ 'ਚ ਆਧਾ ਘੰਟਾ ਖੜੇ ਰਹਿੰਦੇ ਹੋ? 4 ਸਾਲ ਹੋ ਗਏ ਮੇਰੇ ਕੋਲ ਕੰਮ ਕਰਦੇ ਹੋ। ਅੱਛਾ, ਇਹ ਕਿਵੇਂ ਤੁਸੀਂ ਜ਼ਿਹਨ ਦੇ ਵਿੱਚ ਆਇਆ ਕਿ ਇਸ ਤਰੀਕੇ ਦੇ ਕੰਮ ਦੇ ਵਿੱਚ ਮੈਂ ਕਰ ਸਕਦਾ ਇਹ ਕੰਮ? ਕਭੀ ਸੋਚ ਵੀ ਨਹੀਂ ਪਾਇਆ ਮੈਂ ਯਹਾਂ ਤੱਕ ਆ ਜਾਊਂਗਾ। ਅੱਛਾ, ਪਰ ਕੋਈ ਬਾਤ ਨਹੀਂ, ਕਿਆ ਜੋ ਵੀ ਹੁੰਦਾ ਹੈ ਲਿਖਿਆ ਹੀ ਹੁੰਦਾ ਹੈ। ਅੱਛਾ, ਬਾਕੀ ਮੇਰੇ ਕੋਲ ਇਸ ਕੰਮ ਦਾ, ਇਸਕਾ ਨਾਮ ਦਾ, ਇਸਕਾ ਮਾਲੂਮ ਨਹੀਂ ਥਾ ਕਿਆ ਚੀਜ਼ ਹੈ, ਪਰ ਮੇਰੇ ਸੋਚਾ ਮਹੀਨਾ 10 ਦਿਨ ਇਸਕੀ ਵੀਡੀਓ ਦੇਖੀ ਮੈਂ ਫੋਰਨੈਂਟਲੀ ਡੇਬਿਊ ਸਟੈਚੂ ਮੁੰਬਈ ਸਟੈਚੂ ਬਹੁਤ ਸਾਰੀ ਵੀਡੀਓ ਦੇਖ ਦੇਖ ਕੇ ਇੰਪ੍ਰੈਸ ਹੋਇਆ, ਮੈਂ ਵੀ ਸੋਚਣ ਲੱਗਿਆ ਯਾਰ ਮੈਂ ਵੀ ਕਭੀ ਸਟੈਚੂ ਬਣੂੰ ਔਰ ਲੋਕੋ ਕੋ ਐਂਟਰਟੇਨ ਕਰੂੰ। ਅੱਛਾ, ਉਹ ਸਾਲ 2020 ਕੇ ਅੰਦਰ ਸਟੈਚੂ ਬਣਨਾ ਸਟਾਰਟ ਕਰ ਦਈਏ। ਔਰ ਫਿਰ ਕਮਾਈ ਕਿਵੇਂ ਹੁੰਦੀ ਹੈ? ਕਮਾਈ ਅਰਨਿੰਗ ਤਾਂ ਹੋ ਜਾਂਦੀ ਹੈ ਲੋਕ ਪਬਲਿਕ ਦੀ ਕਿਰਪਾ ਸੇ, ਕੋਈ 100 ਦੇ ਗਿਆ, ਕੋਈ 50 ਦੇ ਗਿਆ, ਕੋਈ 500 ਦੇ ਗਿਆ, ਕੋਈ 2000 ਦੇ ਗਿਆ, ਪਰ ਮੇਰੀ ਕਲਾ ਦੇਖ ਕੇ, ਪਰ ਮੈਂ ਕਿਸੇ ਮੰਗਤਾ ਨਹੀਂ, ਪੈਸੇ ਮੇਰੇ ਕੋ ਦੇ ਕੇ ਜਾਓ। ਅੱਛਾ, ਉਹ ਆਪਣੀ ਮਰਜ਼ੀ ਸੇ ਪੈਸੇ ਦੇ ਕੇ ਜਾਂਦੇ ਹੈ, ਮੇਰੇ ਅੱਗੇ ਕਲੈਕਸ਼ਨ ਬਾਕਸ ਰੱਖਦਾ ਹੂੰ, ਪਰ ਪੈਸਾ ਮੈਂ ਕਿਸੇ ਸੇ ਮੰਗਤਾ ਨਹੀਂ, ਉਹ ਆਪਣੀ ਮਰਜ਼ੀ ਸੇ ਦੇ ਕੇ। ਅੱਛਾ ਅਰਜੁਨ, ਤੁਸੀਂ ਇਹ ਆਪਣੀ ਬੋਡੀ ਤੇ ਜੋ ਲਗਾਇਆ ਕੈਮੀਕਲ, ਇਹ ਕਿਸ ਤਰੀਕੇ ਦਾ ਕੈਮੀਕਲ ਹੈ ਤੇ
ਇਹਦੇ ਨਾਲ ਗਰਮੀ ਨਹੀਂ ਲੱਗਦੀ ਤੁਹਾਨੂੰ? ਸਟਾਰਟਿੰਗ ਮੈਂ ਤਾਂ ਇਸਕੋ ਪੇਂਟ ਕੀਤਾ ਜਾਤਾ ਹੈ ਪਲਾਸਟਿਕ ਪੇਂਟ ਸੇ, ਉਸਕੇ ਬਾਅਦ ਉੱਪਰ ਮਾਸਕ ਪਰਨੀ ਪੜਤੀ ਹੈ ਸਪਰੇ। ਹਾਂ, ਸਪਰੇ ਮਾਰ ਕੇ 10 ਮਿੰਟ ਸੁਕਾ ਦਿਆ, ਦਿਨ ਮੇ ਡਰੈਸ ਕਰਕੇ ਇੱਕ ਦਿਨ ਡਰੈਸ ਕੋ ਸੁਕਾ ਦਿਆ, ਦੂਸਰੇ ਦਿਨ ਸਪਰੇ ਮਾਰ ਕੇ ਗੋਲਡਨ ਚੱਲ ਮੇਰੇ ਭਾਈ, ਓਕੇ ਡਰੈਸ। ਅੱਛਾ, ਗੋਲਡਨ ਕੇ ਇਲਾਵਾ ਔਰ ਵੀ ਕਲਰ? ਔਰ ਸੋਚਾ ਨਹੀਂ ਕਦੇ ਯਾਰ, ਪਹਿਲੇ ਮਿੰਟ ਸਿਲਵਰ ਕੋ ਗੋਲਡਨ ਹੀ ਦੇ ਰਹੇ। ਓਨਲੀ ਗੋਲਡਨ, ਗੋਲਡ ਸਿਲਵਰ ਕੋਈ ਬਣਤਾ ਆਪਣੇ ਹਨੂਮਾਨਗੜ੍ਹ ਕੇ ਅੰਦਰ ਲੜਕਾ ਹੈ, ਉਸਕਾ ਨਾਮ ਸਲਮਾਨ। ਅੱਛਾ, ਕੋਈ ਬੰਦਾ ਵਧੀਆ ਮਿਹਨਤ ਕਰ ਰਿਹਾ ਯਾਰ, ਤੇ ਉਸਕੋ ਹੀ ਪਤਾ ਹੋਗਾ ਜੋ ਬੰਦਾ ਕੰਮ ਕਰ ਰਿਹਾ ਹੈ। ਆਪ ਪਹਿਲੇ ਲਗੇ ਥੇ ਕਿ ਬਾਅਦ ਮੇ ਲਗੇ ਹੋ? ਐਵੇਂ ਜਾਓ ਅੰਕਲ। ਹਾਂ, ਆਪ ਪਹਿਲੇ ਕਰ ਰਹੇ ਥੇ ਕਿ ਸੁਲੇਮਾਨ ਬਾਅਦ ਮੇ ਪਹਿਲੇ ਲਗਾ ਕਰ? ਕੀ ਪਤਾ ਸਰ, ਇਤਨਾ ਤਾਂ ਨਹੀਂ ਦੇਖਾ ਥਾ ਮੈਂ, ਸਟਾਰਟਿੰਗ ਮੇ ਤਾਂ 2020 ਕੇ ਅੰਦਰ ਮੈਂ ਸਟੈਚੂ ਬਣਨਾ ਸਟਾਰਟ ਕੀਤਾ ਥਾ। ਓਕੇ, ਉਸਕੇ ਪਰਿਵਾਰ ਮੇ ਕੌਣ ਕੌਣ ਹੈ? ਕਭੀ ਇਹ ਬੋਲਤੇ ਨਹੀਂ ਕਿ ਅਰਜੁਨ ਇਹ ਕੀ ਕਰ ਰਹੇ ਹੋ? ਪਰਿਵਾਰ ਕੇ ਅੰਦਰ ਤਾਂ ਸਭ ਯਾ ਐਸੀ ਬੋਲ ਰਹੇ ਕਿ ਮਿਹਨਤ ਜੋ ਮਿਹਨਤ ਹੈ ਨਾ, ਮਿਹਨਤ ਤੋਂ ਮਿਹਨਤ ਹੀ ਹੈ ਵੋ, ਕੁਛ ਚੀਜ਼ ਵੀ ਮਿਹਨਤ ਕੇ ਲੇਤੀ, ਕਾਮ ਕੇ ਅੰਦਰ ਗਿੱਲੇ, ਮਜ਼ਦੂਰੀ ਕੇ ਅੰਦਰ ਗਿੱਲੇ, ਕੇ ਮਜ਼ਦੂਰੀ ਕੇ ਅੰਦਰ ਗਿੱਲੇ, ਤਾਂ ਮਿਹਨਤ ਤੋਂ ਮਿਹਨਤ ਰਹੇਗੀ। ਅੱਛਾ, ਉਨ ਲੋਕੋ ਕੋ ਕਿਆ ਕਹਿਣਾ ਚਾਹਤੇ ਹੈ ਜੋ ਲੋਕ ਗਰਮੀ ਮਾਨਤੇ ਹੈ, ਮਿਹਨਤ ਜ਼ਿਆਦਾ? ਔਰ ਸਰ, ਸਰ ਨਮਸਕਾਰ ਆਪਕੋ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰੁਕਦੇ ਨੇ, ਹੈਲੋ ਕਰਦੇ ਨੇ, ਫਾਈਨੈਂਸ਼ੀਅਲੀ ਸਪੋਰਟ ਵੀ ਕਰਦੇ ਨੇ। ਹੈਰਾਨੀਜਨਕ ਹੈ ਇਸ ਕੜਾਕੇ ਦੀ ਗਰਮੀ ਦੇ ਵਿੱਚ ਇਹ ਜੋ ਲੋਕ ਨੇ, ਇਹ ਮਿਹਨਤ ਕਸ਼ ਲੋਕ ਨੇ, ਮਿਹਨਤ ਕਰਦੇ ਨੇ, ਆਪਣੀ ਮਿਹਨਤ ਕਰਕੇ ਇਸ ਤਰੀਕੇ ਦੇ ਨਾਲ ਕਈ ਕਈ ਜੋ ਦੱਸਦੇ ਨੇ ਅੱਧੇ ਘੰਟੇ ਤੱਕ, ਘੰਟੇ ਤੱਕ ਇਸੇ ਤਰੀਕੇ ਨਾਲ ਇੱਕੋ ਪੋਜੀਸ਼ਨ 'ਚ ਖੜੇ ਰਹਿੰਦੇ ਨੇ ਕੜਾਕੇ ਦੀ ਗਰਮੀ ਦੇ ਵਿੱਚ। ਬਠਿੰਡਾ ਦੇ ਵਿੱਚ ਇਸ ਵਕਤ ਤਾਪਮਾਨ ਕਰੀਬ 40 ਡਿਗਰੀ ਤੱਕ ਪਹੁੰਚ ਚੁੱਕਿਆ, ਪਰ ਹਰ ਕੋਈ ਏਸੀ ਦਾ ਜਾਂ ਛਾਂ ਦਾ ਸਹਾਰਾ ਲੈਂਦਾ, ਪਰ ਇਹ ਨੌਜਵਾਨ ਇਕੱਲਾ ਇਸ ਜਗ੍ਹਾ ਦੇ ਉੱਤੇ ਖੜਾ ਹੁੰਦਾ। ਪਰ ਕਮਾਲ ਦਾ ਇੱਕ ਕਹਿ ਲਓ ਕਿ ਤਜਰਬਾ ਹੈ ਇਸ ਨੂੰ ਲੈ ਕੇ, ਜੋ ਕਹਿੰਦੇ ਨੇ ਕਿ ਇਹ ਪਰਮਾਤਮਾ ਦੀ ਇੱਕ ਰਹਿਮਤ ਹੈ ਉਹਨਾਂ ਦੇ ਉੱਤੇ, ਇਸ ਤਰੀਕੇ ਨਾਲ ਕਈ ਘੰਟਿਆਂ ਤੱਕ ਖੜੇ ਰਹਿੰਦੇ ਨੇ। ਗਰਮੀ ਦੀ ਗੱਲ ਕਰੀਏ ਤਾਂ ਗਰਮੀ ਦਾ ਜਿਹੜਾ ਤਾਪਮਾਨ ਕਰੀਬ 40 ਡਿਗਰੀ ਤੱਕ ਪਹੁੰਚ ਚੁੱਕਿਆ, ਤਾਂ ਡਾਕਟਰਸ ਦੇ ਵੱਲੋਂ ਸਲਾਹ ਇਹ ਦਿੱਤੀ ਜਾ ਰਹੀ ਹੈ ਬੱਚਿਆਂ ਅਤੇ ਖਾਸ ਬਜ਼ੁਰਗਾਂ ਨੂੰ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਇਨਡੋਰ ਗੇਮ ਦਾ ਜੋ ਬੱਚੇ ਨੇ ਉਹ ਸਹਾਰਾ ਲੈ ਸਕਦੇ ਨੇ, ਬਜ਼ੁਰਗ ਜ਼ਰੂਰਤ ਪੈਣ 'ਤੇ ਘਰੋਂ ਬਾਹਰ ਨਿਕਲਣ, ਅਤੇ ਇਸੇ ਤਰੀਕੇ ਦੇ ਨਾਲ ਡਾਇਟ ਦਾ ਵੀ ਖਾਸ ਧਿਆਨ ਜਿਹੜਾ ਉਹ ਰੱਖਿਆ ਜਾਵੇ। ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।